ਪੰਜਾਬ ਦੇ ਮੌਜੂਦਾ ਹਾਲਾਤਾਂ ਦਾ ਗੰਭੀਰ ਨੋਟਿਸ ਲੈਂਦੇ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜਿਹੜੀ 7 ਅਪ੍ਰੈਲ ਨੂੰ ਤੱਕ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਪੱਤਰਕਾਰਾਂ ਦੀ ਖਾਸ ਇਕੱਤਰਤਾ ਸੱਦੀ ਹੈ ਉਸ ਨੂੰ ਲੈ ਕੇ ਇੱਕ ਵਾਰੀ ਫੇਰ ਤੋਂ ਪੱਤਰਕਾਰਾਂ ਨੂੰ ਇੱਥੇ ਪਹੁੰਚਣ ਦਾ ਸੱਦਾ ਦਿੱਤਾ ਹੈ ਜਥੇਦਾਰ ਸਾਹਿਬ ਦੇ ਵੱਲੋਂ ਜਾਰੀ ਕੀਤੇ ਗਏ ਬਿਆਨ ਦੇ ਵਿੱਚ ਕਿਹਾ ਗਿਆ ਕਿ ਪੰਥ ਪੰਜਾਬ ਤੇ ਪੰਜਾਬੀਅਤ ਨੂੰ ਸਮਰਪਿਤ ਸੀਨੀਅਰ ਪੱਤਰਕਾਰ ਇਸ ਵਿਸ਼ੇਸ਼ ਇਕੱਤਰਤਾ ਦੇ ਵਿੱਚ ਇਸ ਵਿਸ਼ੇਸ਼ ਮੀਟਿੰਗ ਦੇ ਵਿੱਚ ਜ਼ਰੂਰ ਪਹੁੰਚਣ। ਉਹਨਾਂ ਕਿਹਾ ਕਿ ਪੰਜਾਬ ਦੇ ਮੌਜੂਦਾ ਸਮੇਂ ਦੌਰਾਨ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਸਿੱਖ ਕੌਮ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਮਕਸਦ ਲਈ ਝੂਠੇ ਬਿਰਤਾਂਤ ਸਿਰਜੇ ਜਾ ਰਹੇ ਨੇ ਪੰਜਾਬ ਪ੍ਰਸਤ ਪੱਤਰਕਾਰਾਂ ਤੇ ਚੈਨਲਾਂ ਨੇ ਸੱਚੀ ਪੱਤਰਕਾਰਤਾ ਦੇ ਰਾਹੀ ਇਸ ਬਿਰਤਾਂਤ ਨੂੰ ਜਦੋਂ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਸਰਕਾਰ ਨੇ ਕਾਨੂੰਨ ਛਿੱਕੇ ਤੇ ਟਾਂਕੇ ਪੱਤਰਕਾਰਾਂ ਤੇ ਮੀਡੀਆ ਧਾਰਿਆਂ ਦੇ ਚੈਨਲਾਂ ਦੀ ਆਵਾਜ਼ ਬੰਦ ਕਰ ਦਿੱਤੀ ਤੇ ਸਮੁਦੇਤੇ ਵਿਚਾਰ ਕਰਨ ਦੇ ਲਈ ਹੀ ਜਥੇਦਾਰ ਨੇ ਪੱਤਰਕਾਰਾਂ ਦਾ ਇਹ ਇਕੱਠ ਹੈ ਜਿਹੜਾ 71 ਤਾ ਹੈ ਉਹ ਸੱਦੀ ਹੈ ਉਤਰਾਖੰਡ ਦੇ ਵਿੱਚ ਗੁਰਦੁਆਰਾ ਸ਼੍ਰੀ ਹਿਮਕੁੰਡ ਸਾਹਿਬ ਦੀ ਯਾਤਰਾ 20 ਮਈ ਤੋਂ ਸ਼ੁਰੂ ਹੋ ਜਾਏਗੀ ਹਿਮਕੁੰਡ ਸਾਹਿਬ ਮੈਨੇਜਮੈਂਟ ਟਰਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਹਿਮਕੁੰਡ ਸਾਹਿਬ ਦੇ ਇਕਵਾੜ ਖੋਲਣ ਅਤੇ ਯਾਤਰਾ ਦੀਆਂ ਤਿਆਰੀਆਂ ਦੇ ਸਬੰਧ ਵਿੱਚ ਐਨਐਸ ਬਿੰਦਰਾ ਨੇ ਉਤਰਾਖੰਡ ਸਰਕਾਰ ਦੇ ਮੁਖ ਸਕੱਤਰ ਡਾਕਟਰ ਐਸਐਸ ਸੰਧੂ ਦੇ ਨਾਲ ਮੁਲਾਕਾਤ ਕੀਤੀ ਤੇ ਗੱਲਬਾਤ ਦੌਰਾਨ ਇਹ ਫੈਸਲਾ ਲਿਆ ਗਿਆ ਕਿ ਸੂਬਾ ਸਰਕਾਰ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਟਰਸਟ ਦੇ ਵੱਲੋਂ ਇਸ ਸਾਲ ਹ ਇਹ ਤੋਂ ਸ਼ੁਰੂ ਕਰ ਦਿੱਤੀ ਜਾਏਗੀ ਉੱਥੇ ਹੀ ਇਸ ਵਾਰੀ ਚਾਰ ਧਾਮ ਯਾਤਰਾ ਦੀ ਸ਼ੁਰੂਆਤ 2 मई अप्रैल ਤੋਂ ਹੋਵੇਗੀ 20 अप्रैल ਨੂੰ ਭਾਰਤੀ ਫੌਜ ਦੇ ਜਵਾਨ ਯਾਤਰਾ ਦੇ ਰਾਹਾਂ 'ਚੋਂ ਬਰਫ਼ ਹਟਾਉਣ ਦੇ ਲਈ ਚਚਰੀਆ ਵਾਸਤੇ ਰਵਾਨਾ ਹੋ ਜਾਣਗੇ ਟਰਸਟ ਨੇ ਸੰਗਤ ਲਈ ਨਿਵਾਸ ਲੰਗਰ ਪਾਣੀ ਡਾਕਟਰੀ ਸਹਾਇਤਾ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਨੇ ਯਾਤਰਾ ਦੇ ਰਸਤੇ ਵਿੱਚ ਪਈ ਬਰਫ਼ ਨੂੰ ਹਟਾਉਣ ਦਾ ਕੰਮ ਭਾਰਤੀ ਫੌਜ ਦੁਆਰਾ ਇਸ ਮਹੀਨੇ 20 अप्रैल ਤੋਂ ਸ਼ੁਰੂ ਕਰ ਦਿੱਤਾ ਜਾਏਗਾ ਹੱਥ ਜੋੜ ਕੇ ਸਾਰੀ ਸੰਗਤਾਂ ਨੂੰ ਬੇਨਤੀ ਹੈ ਇਸ ਵਰਸ ਹੋਣ ਵਾਲੀ ਅਸੀਆਤਾਂ ਤੇ ਘੁੰਮ ਆ ਕੇ ਆਓ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਪਾਰਦੇ ਸਭ ਤੋਂ ਵੱਧ ਲੋੜਿੰਦੇ ਪਗੋੜਿਆਂ ਦੇ ਵਿੱਚੋਂ ਗੈਂਗਸਟਰ ਦੀਪਕ ਬੌਕਸਰ ਨੂੰ ਦਿੱਲੀ ਪੁਲਿਸ ਬੁੱਧਵਾਰ ਸਵੇਰੇ ਕੌਮੀ ਰਾਜਧਾਨੀ ਦੇ ਵਿੱਚ ਲਿਆਈ ਉਸ ਨੂੰ ਮੈਕਸੀਕੋ ਦੇ ਵਿੱਚ ਪੁਲਿਸ ਅਧਿਕਾਰੀਆਂ ਨੇ ਗ੍ਰਿਫਤਾਰ ਕੀਤਾ ਸੀ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਦੋ ਮੈਂਬਰੀ ਟੀਮ ਦੀਪਕ ਦੇ ਨਾਲ ਸਵੇਰੇ 6 ਵਜੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ ਤਿਲ ਤਿੰਨ ਤੇ ਪਹੁੰਚੀ ਇਹ ਟੀਮ ਮੈਕਸੀਕੋ ਤੋਂ ਤੁਰਕੀ ਦੇ ਇਸਤੰਬੁਲ ਰਾਹੀਂ ਇੱਥੇ ਪਹੁੰਚੀ ਹੈ ਦੀਪਕ ਬੌਕਸਰ ਨੂੰ ਇੱਕ ਦਿਨ ਪਹਿਲਾਂ ਗ੍ਰਿਫਤਾਰ ਕੀਤੇ ਜਾਣ ਦੀ ਜਾਣਕਾਰੀ ਮਿਲੀ ਸੀ ਦਰਅਸਲ ਜਦੋਂ ਵੀ ਕਿਸੇ ਇੱਕ ਮੁਲਕ ਦੇ ਜਾਂ ਕਹਿ ਲਈਏ ਕਿ ਆਪਣੇ ਮੁ ਭਾਰਤ ਦੇ ਕਿਸੇ ਵੀ ਮੁਲਜ਼ਮ ਜਾਂ ਦੋਸ਼ੀ ਦੇ ਖਿਲਾਫ ਕੋਈ ਮਕਦਮਾ ਚੱਲਦਾ ਹੈ ਤੇ ਉਹ ਵਿਦੇਸ਼ ਦੇ ਵਿੱਚ ਭੱਜ ਜਾਂਦਾ ਤਾਂ ਉਸ ਨੂੰ ਉਧਰੋਂ ਮੰਗਵਾਉਣ ਦੇ ਲਈ ਗ੍ਰਿਫਤਾਰ ਕਰਨ ਦੇ ਲਈ ਪਹਿਲਾਂ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਜਾਂਦਾ ਹੈ ਫਿਰ ਉਧਰ ਦੀ ਜਿਹੜੀ ਸਰਕਾਰ ਹੈ ਉਸ ਨੂੰ ਜੇ ਠੀਕ ਲੱਗੇ ਕੇਸ ਤਾਂ ਉਸ ਦੀ ਹਵਾਲਗੀ ਹੈ ਜਿਹੜੀ ਉਹ ਦਿੱਤੀ ਜਾਂਦੀ ਹੈ ਉਸ ਦੇ ਮੁਲਕ ਨੂੰ ਯਾਨੀ ਕਿ ਭਾਰਤ ਨੂੰ ਹਵਾਲਗੀ ਦੇ ਦਿੱਤੇਗੀ ਤੇ ਥੋੜੀ ਜਿਹੀ ਲੰਮੀ ਪ੍ਰਕਿਰਿਆ ਹੁੰਦੀ ਹੈ ਪਰ ਦੋਸ਼ੀ ਨੂੰ ਦੂਸਰੇ ਮੁਲਕਾਂ ਦੇ ਵਿੱਚੋਂ ਇੱਧਰ ਲਿਆਂਦਾ ਜਾ ਸਕਦਾ ਹੈ ਜੇ ਦੂਸਰੇ ਮੁਲਕ ਦੀ ਸਰਕਾਰ ਸਹਿਯੋਗ ਦੇ ਪੰਜਾਬ ਦੇ ਵਿੱਚ ਜਿਹੜੇ ਲੋਕਾਂ ਨੇ ਆਪਣੇ ਵਾਹਨਾਂ ਤੇ ਹੁਣ ਤੱਕ ਹਾਈ ਸਕਿਉਰਿਟੀ ਰਜਿਸਟ੍ਰੇਸ਼ਨ ਪਲੇਟਾਂ ਨਹੀਂ ਲਵਾਈਆਂ ਹੁਣ ਉਹਨਾਂ ਦੀ ਸ਼ਮਤ ਆ ਜਾਏਗੀ ਕਿਉਂਕਿ ਹਾਈ ਸਕਿਉਰਿਟੀ ਰਜਿਸਟ੍ਰੇਸ਼ਨ ਪਲੇਟ ਤੋਂ ਬਿਨਾ ਵਾਹਨਾਂ ਦੇ ਚਲਾਨ ਕੱਟੇ ਜਾਣਗੇ ਸਰਕਾਰ ਨੇ 30 ਜੂਨ ਤੱਕ ਦਾ ਸਮਾਂ ਦਿੱਤਾ ਹੈ ਸਮਾਂ ਹਲੇ ਤੁਹਾਡੇ ਕੋਲੇ ਹੈਗਾ April, May, June ਯਾਨੀ ਕਿ 3 ਮਹੀਨੇ ਪਈ ਨੇ 3 ਮਹੀਨਿਆਂ ਦੇ ਵਿੱਚ ਵਿੱਚ ਤੁਸੀਂ ਇਹ ਹਾਈ ਸਕਿਉਰਿਟੀ ਰਜਿਸਟ੍ਰੇਸ਼ਨ ਪਲੇਟਾ ਲਗਵਾ ਲਓ ਨਹੀਂ ਤਾਂ 30 ਜੂਨ ਤੋਂ ਬਾਅਦ ਚਲਾਨ ਕੱਟੇ ਜਾਣਗੇ ਰਜਿਸਟ੍ਰੇਸ਼ਨ ਨੰਬਰ ਪਲੇਟ ਨਾ ਲੱਗੇ ਹੋਣ ਤੇ ਪਹਿਲੇ ਜੁਰਮ ਦੇ ਲਈ 2000 ਦਾ ਜੁਰਮਾਨਾ ਲਾਇਆ ਜਾਊਗਾ 2 ਜ਼ਿਆਦਾ ਜੁਰਮਾਨਾ ਲਾ ਕੇ ਛੱਡ ਦਿੱਤੇ ਜਾਣ ਦੇ ਬਾਅਦ ਵੀ ਜੇ ਤੁਸੀਂ ਪਲੇਟ ਨਹੀਂ ਲਗਾਉਂਗੇ ਤਾਂ ਉਸ ਤੋਂ ਬਾਅਦ 3000 ਰੁਪਏ ਜੁਰਮਾਨਾ ਲਾਇਆ ਜਾਊਗਾ ਪੰਜਾਬ ਦੇ ਸਕੂਲਾਂ ਦਾ ਜਾਇਜ਼ਾ ਲੈਣ ਦੇ ਲਈ ਸਿੱਖਿਆ ਮੰਤਰੀ ਹਰਜੋਤ ਮੈਸ ਹੁਣ ਜ਼ਮੀਨੀ ਪੱਧਰ ਤੇ ਨਿਤਰੇ ਨੇ ਲੰਗੇ ਦਿਨੀ ਫਾਜ਼ਿਲਕਾ ਦੇ ਵਿੱਚ ਸਕੂਲਾਂ ਦਾ ਦੌਰਾ ਕੀਤਾ ਤਾਂ ਬੁੱਧਵਾਰ ਨੂੰ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਬੈਂਸ ਨੇ ਭਾਰਤ ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਪਿੰਡ ਕਾਲੂਵਾਲਾ ਦੇ ਪ੍ਰਾਇਮਰੀ ਸਕੂਲ ਦਾ ਦੌਰਾ ਕੀਤਾ ਜਿੱਥੇ ਵਿਦਿਆਰਥੀ ਕਿਸ਼ਤੀ ਰਾਹੀਂ ਸਤਲ ਸਕੂਲ ਜਾਂਦੇ ਨੇ April ਦਾ ਪੂਰਾ ਮਹੀਨਾ ਸਿੱਖਿਆ ਮੰਤਰੀ ਪੰਜਾਬ ਦੇ ਸਕੂਲਾਂ ਦਾ ਗੇੜਾ ਲਾਉਣਗੇ 6 April ਨੂੰ ਰੋਪੜ ਤੇ ਮੁਹਾਲੀ 7 ਤੇ 8 April ਨੂੰ ਅੰਮ੍ਰਿਤਸਰ 12 ਤੇ 13 April ਨੂੰ ਤਰਨਤਾਰਨ ਕਪੂਰਥਲਾ ਬਠਿੰਡਾ ਸ੍ਰੀ ਮੁਕਸਰ ਸਾਹਿਬ 17 ਨੂੰ ਜਲੰਧਰ 18 ਨੂੰ ਫਤਿਹਗੜ੍ਹ ਸਾਹਿਬ 20 ਕਿਤੇ ਬਈ ਨੂੰ ਪਟਿਆਲਾ ਲੁਧਿਆਣਾ ਮਲੇਰ ਕੋਟਲਾ ਫਰੀਦਕੋਟ ਮੋਗਾ ਤੇ ਬਰਨਾਲਾ ਪਹੁੰਚਣਗੇ ਸਵਾਤੀ ਚੰਗਾ ਕਦਮ ਹੈ ਪੰਜਾਬ ਦੇ ਸਿੱਖਿਆ ਮੰਤਰੀ ਸਕੂਲਾਂ ਦੇ ਵਿੱਚ ਜ਼ਮੀਨੀ ਪੱਧਰ ਤੇ ਜਾ ਕੇ ਹਾਲਾਤਾਂ ਦਾ ਜਾਇਜ਼ਾ ਲੈ ਰਹੇ ਨੇ ਆਸ ਕਰਦੇ ਹਾਂ ਕਿ ਸਕੂਲਾਂ ਦੀ ਜਿਹੜੀ ਹਾਲਤ ਹੈ ਉਹ ਸੁਧਰੇਗੀ ਜਿੱਥੇ-ਜਿੱਥੇ ਵੀ ਲੋੜ ਹੈ ਕਮੇਨ ਸਾਫ ਮੋਰਚੇ ਦੇ ਵੱਲੋਂ ਸਿੱਖ ਵਿਦਵਾਨਾਂ ਦੇ ਨਾਲ ਗੁਰਦੁਆਰਾ ਸਿੰਘ ਸਭਾ ਸੈਕਟਰ 7 ਚੰਡੀਗੜ੍ਹ ਦੇ ਵਿੱਚ ਇੱਕ ਵਿਸ਼ੇਸ਼ ਮੀਟਿੰਗ ਹੋਈ ਜਿਸ ਦੇ ਵਿੱਚ ਪੰਜਾਬ ਤੇ ਪੰਥਕ ਮੁੱਦਿਆਂ ਤੇ ਵਿਚਾਰ ਵਟਾਂਦਰਾ ਹੋਇਆ ਭਵਿੱਖ ਦੀ ਰਣਨੀਤੀ ਕੀ ਹੋਣੀ ਚਾਹੀਦੀ ਹੈ ਇਸ ਬਾਰੇ ਵੱਖ-ਵੱਖ ਵਿਦਵਾਨਾਂ ਨੇ ਆਪਣੇ ਵਿਚਾਰ ਦਿੱਤੇ ਤੇ ਚਿੰਤਾ ਵੀ ਜ਼ਾਹਰ ਕੀਤੀ ਕਿ ਪੰਜਾਬ ਦੀ ਉਪਜਾਊ ਧਰਤੀ ਨੂੰ ਸਰਕਾਰਾਂ ਨੇ ਜ਼ਹਿਰੀਲਾ ਬਣਾ ਦਿੱਤਾ ਹੈ ਖੇਤੀ ਦੇ ਲਈ ਮੁਫਤ ਬਿਜਲੀ ਕਰਕੇ ਪਾਣੀ ਦੇ ਦੁਰਵਰਤ ਹੋ ਰਹੀ ਹੈ ਤੇ ਆਉਂਦੇ 20 ਸਾਲਾਂ ਦੇ ਵਿੱਚ ਜੇ ਇਸੇ ਤਰ੍ਹਾਂ ਦਾ ਮਾਹੌਲ ਰਿਹਾ ਤਾਂ ਪੰਜਾਬ ਦੀ ਧਰਤੀ ਰੇਗਿਸਤਾਨ ਬਣ ਜਾਵੇਗੀ ਇਸ ਮੀਟਿੰਗ ਦੇ ਵਿੱਚ ਪੰਜਾਬ ਦੇ ਵਿੱਚ ਬੇਅਦਬੀ ਦੇ ਮੁੱਦੇ ਦਾ ਹੱਲ ਨਾ ਹੋਣਾ ਅਤੇ ਬੰਦੀ ਸਿੰਘਾਂ ਦੀ ਰਿਹਾਈ ਬੇਰੋਜ਼ਗਾਰੀ ਭ੍ਰਿਸ਼ਟਾਚਾਰ ਨੂੰ ਲੈ ਕੇ ਵੀ ਪੰਜਾਬ ਸਰਕਾਰ ਨੂੰ ਤਿੱਖੇ ਸਵਾਲ ਕੀਤੇ ਗਏ ਦੇਸ਼ ਦੀ ਸਰਵੋੱਚ ਅਦਾਲਤ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਗੈਰ ਕਾਨੂੰਨੀ ਸ਼ਰਾਬ ਬਣਾਉਣ ਵੇਚਣ ਅਤੇ ਸੰਚਾਲਨ ਤੇ ਰੋਕ ਲਾਉਣ ਦੇ ਹੁਕਮ ਦਿੱਤੇ ਨੇ ਐਨਾ ਹੀ ਨਹੀਂ ਜਸਟਿਸ ਐਮਰ ਸ਼ਾਹ ਤੇ ਜਸਟਿਸ ਸੀਟੀ ਰਵੀ ਕੁਮਾਰ ਦੇ ਬੈਂਚ ਨੇ ਕਿਹਾ ਕਿ ਜੇ ਪੁਲਿਸ ਤੇ ਅਧਿਕਾਰ ਖੇਤਰ ਦੇ ਵਿੱਚ ਪੰਜਾਬ ਚ ਕਿਤੇ ਵੀ ਕੋਈ ਗੈਰ ਕਾਨੂੰਨੀ ਪੱਠੀ ਚੱਲਦੀ ਹੈ ਤਾਂ ਉਹਨਾਂ ਨੂੰ ਇਸਦੇ ਲਈ ਜ਼ਿੰਮੇਦਾਰ ਠਹਿਰਾਇਆ ਜਾਣਾ ਚਾਹੀਦਾ ਹੈ ਯਾਨੀ ਕਿ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਨੇ ਕਿ ਤੁਸੀਂ ਸਾਰੇ ਜ਼ਿਲ੍ਹਿਆਂ ਦੇ ਲਈ ਇਹ ਹੁਕਮ ਲਾਗੂ ਕਰੋ ਕਿ ਜਿਹੜੀ ਵੀ ਮੰਨ ਲਓ ਕਿ ਆਪਾਂ ਮੁਹਾਲੀ ਜ਼ਿਲ੍ਹੇ ਦੀ ਗੱਲ ਕਰ ਰਹੇ ਹਾਂ ਮੁਹਾਲੀ ਦੇ ਵਿੱਚ ਜੇ ਕਿਤੇ ਗੈਰ ਕਾਨੂੰਨੀ ਪੱਠੀ ਸ਼ਰਾਬ ਦੀ ਚਲਦੀ ਮਿਲਦੀ ਹੈ ਤਾਂ ਉਹਦੇ ਲਈ ਜ਼ਿੰਮੇਦਾਰੀ ਹੈ ਜਿਹੜੀ ਉਹ ਉੱਥੋਂ ਦੀ ਪੁਲਿਸ ਦੀ ਤੈਅ ਕੀਤੀ ਜਾਣੀ ਚਾਹੀਦੀ ਹੈ ਇਹ ਨਿਰਦੇਸ਼ ਪੰਜਾਬ ਸਰਕਾਰ ਜਾਰੀ ਕਰੇ ਇਹ ਕਿਹਾ ਹੈ ਸੁਪਰੀਮ ਕੋਰਟ ਨੇ ਸੰਗਰੂਰ ਤੋਂ ਐਮਪੀ ਸਿਮਰਨਜੀਤ ਸਿੰਘ ਮਾਨ ਨੇ ਭਾਰਤ ਦੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦੇ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਗੁਜਰਾਤ ਰਾਜਸਥਾਨ ਦੇ ਲਈ ਅੰਮ੍ਰਿਤਸਰ ਤੋਂ ਟ੍ਰੇਨ ਚਲਾਈ ਜਾਵੇ ਇਹ ਮੰਗ ਕੀਤੀ ਤੇ ਕੇਂਦਰੀ ਮੰਤਰੀ ਨੇ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਸ਼ੁਰੂ ਕਰਨ ਦਾ ਭਰੋਸਾ ਵੀ ਪਟਿਆਲਾ ਜ਼ਿਲ੍ਹੇ ਦੇ ਸਾਬਕਾ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਤੋਂ ਬੁੱਧਵਾਰ ਨੂੰ ਵਿਜੀਲੈਂਸ ਵਿਭਾਗ ਨੇ ਫਿਰ ਪੁੱਛਗਿੱਛ ਕੀਤੀ ਜਲਾਲਪੁਰ ਖੁਦ ਵਿਜੀਲੈਂਸ ਦਫ਼ਤਰ ਪਹੁੰਚੇ ਜਿੱਥੇ ਕਈ ਤਿੱਖੇ ਸਵਾਲ ਉਨ੍ਹਾਂ ਤੋਂ ਪੁੱਛੇ ਗਏ ਪਿਛਲੇ ਦਿਨੀ ਹਾਈ ਕੋਰਟ ਤੋਂ ਜ਼ਮਾਨਤ ਜਲਾਲਪੁਰ ਨੂੰ ਮਿਲ ਚੁੱਕੀ ਹੈ ਜਿਸ ਤੋਂ ਬਾਅਦ ਵਿਜੀਲੈਂਸ ਦੇ ਦਫ਼ਤਰ ਜਲਾਲਪੁਰ ਬਿਨਾਂ ਕਿਸੇ ਡਰ ਭੈਰ ਤੋਂ ਪਹੁੰਚੇ ਸਨ ਕੇਂਦਰ ਸਰਕਾਰ ਨੇ ਜੰਮੂ ਕਸ਼ਮੀਰ ਦੇ ਸਿਆਸੀ ਲੀਡਰ ਅਤੇ ਆਪਣੀ ਪਾਰਟੀ ਦੇ ਪ੍ਰਧਾਨ ﺍﻟताਫ ਬੁਖਾਰੀ ਦੇ ਲਈ Z+ ਸ਼੍ਰੇਣੀ ਦੀ ਸੁਰੱਖਿਆ ਮਨਜ਼ੂਰ ਕਰ ਦਿੱਤੀ ਹੈ ਸੂਤਰਾਂ ਨੇ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਹਥਿਆਰ ਬੰਦ ਕਮਾਂਡੋਜ਼ ਦਾ ਕਵਰ ਮੁਹੱਈਆ ਕਰਵਾਇਆ ਜੋ CRPF ਅਤੇ ਜੰਮੂ ਕਸ਼ਮੀਰ ਪੁਲਿਸ ਵੱਲੋਂ ਸਾਂਝੇ ਤੌਰ ਤੇ ਮੁਹੱਈਆ ਕਰਵਾਇਆ ਜਾਵੇਗਾ ਦਿੱਲੀ ਯੂਨੀਵਰਸਿਟੀ ਦੇ ਇੰਦਰਪ੍ਰਸਤ ਕਾਲਜ ਫਾਰ ਵਿਮਨ ਦੀਆਂ ਵਿਦਿਆਰਥਣਾਂ ਨੇ ਸੋਮਵਾਰ ਨੂੰ ਆਪਣੇ ਕਾਲਜ ਦੇ ਪ੍ਰਿੰਸੀਪਲ ਦੇ ਖਿਲਾਫ ਪ੍ਰਦਰਸ਼ਨ ਕਰਦੇ ਹਸਤੀਫੇ ਦੀ ਮੰਗ ਕੀਤੀ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਡੀਯੂ ਨੇ ਵਿਦਿਆਰਥਣਾਂ ਦੇ ਨਾਲ ਛੇੜਛਾੜ ਦੀ ਜਾਂਚ ਲਈ ਇੱਕ ਪੈਨਲ ਬਣਾਉਣ ਦਾ ਐਲਾਨ ਕਰ ਦਿੱਤਾ ਹੈ ਵਿਦਿਆਰਥਣਾਂ ਮੁਤਾਬਕ 28 ਮਾਰਚ ਨੂੰ ਕਾਲਜ ਦੇ ਸ਼ਰੂਤੀ ਤਿਹਾਰ ਦੌਰਾਨ ਕੁਝ ਅਣਪਛਾਤੇ ਵਿਅਕਤੀ ਕਥਿਤ ਤੌਰ ਤੇ ਕੈਂਪਸ ਦੇ ਵਿੱਚ ਦਾਖਲ ਹੋਏ ਅਤੇ ਇਹਨਾਂ ਨੇ ਦੁਰਵਿਵਹਾਰ ਕੀਤਾ ਵਿਦਿਆਰਥਣਾਂ ਦੇ ਨਾਲ ਤੇ ਨਾਰੇਬਾਜ਼ੀ ਵੀ ਕੀਤੀ ਪਰਦਰਸ਼ਨ ਦੇ ਵਿੱਚ ਹਿੱਸਾ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਦਿੱਲੀ ਪੁਲਿਸ ਨੇ ਹਿਰਾਸਤ ਦੇ ਵਿੱਚ ਵੀ ਲਿਆ ਇਹ ਵੀ ਖਬਰ ਮਿਲੀ ਯਰੂਸ਼ਲਮ ਤੋਂ ਖਬਰ ਹੈ ਜਿੱਥੇ ਅਲ-ਅਕਸਾ ਮਸਜਿਦ ਦੇ ਵਿੱਚ ਦਰਜਨਾਂ ਫਲਸਤੀਨੀਆ ਤੇ ਇਜ਼ਰਾਈਲੀ ਪੁਲਿਸ ਦੇ ਵਿਚਾਲੇ ਚੜ੍ਹਪ ਹੋਈ ਹੈ ਪੁਲਿਸ ਦਾ ਕਹਿਣਾ ਕਿ ਉਹਨਾਂ ਨੇ ਅਲਕਸਾ ਮਸਜਿਦ ਤੇ ਛਾਪਾ ਮਾਰਿਆ ਜਦੋਂ ਪ੍ਰਦਰਸ਼ਨਕਾਰੀਆਂ ਪਟਾਕਿਆਂ ਪ੍ਰਦਰਸ਼ਨਕਾਰੀ ਪਟਾਕਿਆਂ ਲਾਠੀਆਂ ਤੇ ਪੱਥਰਾਂ ਦੇ ਨਾਲ ਲੈ ਸੋ ਕੇ ਅੰਦਰ ਵੜੇ ਸਨ ਤੇ ਅੰਦਰੋਂ ਆਪਣੇ ਆਪ ਨੂੰ ਉਹਨਾਂ ਨੇ ਰੋਕ ਲਿਆ ਸੀ ਫਲਸਤੀਨੀਆ ਦਾ ਕਹਿਣਾ ਕਿ ਇਜ਼ਰਾਈਲੀ ਪੁਲਿਸ ਦੀ ਤਾਕਤ ਦੀ ਵਰਤੋਂ ਦੇ ਵਿੱਚ 14 ਜਣੇ ਜ਼ਖਮੀ ਹੋਏ ਪੁਲਿਸ ਕਹ ਰਹੀ ਹੈ ਕਿ ਪ੍ਰਦਰਸ਼ਨਕਾਰੀਆਂ ਦੇ ਕੋਲ ਪਟਾਕੇ ਡੰਡੇ ਤੇ ਪੱਥਰ ਸਨ ਤੇ ਉਹਨਾਂ ਨੇ ਆਪਣੇ ਆਪ ਨੂੰ ਮਸਜਿਦ ਦੇ ਅੰਦਰ ਬੰਦ ਕਰ ਲਿਆ ਸੀ ਜਿਸ ਤੋਂ ਬਾਅਦ ਸਵੇਰੇ ਉੱਥੇ ਛਾਪੇਮਾਰੀ ਕੀਤੀ ਗਈ ਉਦੋਂ ਜੇਵਾਸੇ ਫਲਸਤੀਨੀਆ ਨੇ ਕਿਹਾ ਕਿ ਪੁਲਿਸ ਨੇ ਆਪਣੇ ਬਲ ਦੀ ਵਰਤੋਂ ਕੀਤੀ ਤੇ 14 ਜਣੇ ਜ਼ਖਮੀ ਹੋ ਗਏ ਇਜ਼ਰਾਈਲੀ ਪੁਲਿਸ ਨੇ ਫਲਸਤੀਨੀਆਂ ਦੇ ਗਰੁੱਪ ਨੂੰ ਖੰਡਾਉਣ ਦੇ ਲਈ ਸਟਨ ਗ੍ਰੇਨੇਡ ਅਤੇ ਰਬੜ ਦੀਆਂ ਗੋਲੀਆਂ ਵਰਤੀਆਂ ਇਸ ਤੋਂ ਬਾਅਦ ਗਾਜ਼ਾ ਪੱਟੀ ਤੋਂ ਇਜ਼ਰਾਈਲ ਵੱਲ ਘੱਟੋ-ਘੱਟ 9 ਰਾਕਟ ਦਾਗੇ ਗਏ ਤੇ ਪੰਜ ਰਾਹ ਦੇ ਵਿੱਚ ਹੀ ਨਸ਼ਟ ਹੋ ਗਏ ਜਦਕਿ ਬਾਕੀ ਚਾਰ ਰਾਕਟ ਖੁੱਲੀਆਂ ਥਾਵਾਂ ਤੇ ਛੱਡੇ ਗਏ ਅਫਗਾਨਿਸਤਾਨ ਤੋਂ ਖਬਰ ਹੈ ਜਿੱਥੇ ਤਾਲਿਬਾਨ ਦਾ ਰਾਜ ਹੈ ਤਾਲਿਬਾਨ ਦਾ ਜਦੋਂ ਦਾ ਰਾਜ ਹੋਇਆ ਅਫਗਾਨਿਸਤਾਨ ਦੇ ਆਰਥਿਕ ਹਾਲਾਤ ਕੋਈ ਬਹੁਤ ਠੀਕ ਨਹੀਂ ਹਨ ਅਫੀਮ ਦੀ ਖੇਤੀ ਤੋਂ ਹੋਣ ਵਾਲੀ ਆਮਦਨ ਨੇ ਤਾਲਿਬਾਨ ਦੀ ਕਾਫੀ ਮਦਦ ਕੀਤੀ ਹੈ ਇਹ ਪਤਾ ਲੱਗਿਆ ਪਰ ਉਥੇ ਤਾਲਿਬਾਨ ਦਾ ਦਾਵਾ ਹੈ ਕਿ ਅਫਗਾਨਿਸਤਾਨ ਨੂੰ ਅਸੀਂ ਨਸ਼ਾ ਮੁਕਤ ਬਣਾ ਦੇਵਾਂਗੇ ਇਹਦੇ ਲਈ ਹਜ਼ਾਰਾਂ ਨਸ਼ੇੜੀਆਂ ਨੂੰ ਸੜਕਾਂ ਤੋਂ ਜ਼ਬਰਦਸਤੀ ਚੁੱਕ ਕੇ ਮੁਰਵਸੀਬਾ ਕੇਂਦਰਾਂ ਦੇ ਵਿੱਚ ਭੇਜਿਆ ਜਾ ਰਿਹਾ ਹੈ ਜਦਕਿ ਯੂਨ ਦਾ ਕਹਿਣਾ ਹੈ ਕਿ ਤਾਲਿਬਾਨ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਇੱਥੇ ਅਫੀਮ ਦੀ ਖੇਤੀ ਦੇ ਵਿੱਚ 32% ਵਾਧਾ ਹੋਇਆ ਹੈ ਤੇ ਅਫਗਾਨਿਸਤਾਨ ਆਪਣੇ ਆਮਦਨ ਦਾ ਜਿਹੜਾ ਸਰੋਤ ਹੈ ਉਹ ਅਫੀਮ ਦੀ ਖੇਤੀ ਨੂੰ ਵੀ ਮੰਨ ਕੇ ਚੱਲ ਰਿਹਾ ਹੈ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਆਪਣੇ ਤੇ ਹਮਲਾ ਹੋਣ ਦੇ ਡਰ ਤੋਂ ਇਨੇ ਘਬਰਾ ਗਏ ਨੇ ਕਿ ਲੰਘੇ ਦਿਨੀ ਜਦੋਂ ਲਾਹੌਰ ਕੋਰਟ ਦੇ ਵਿੱਚ ਪੇਸ਼ੀ ਹੋਈ ਤਾਂ ਉਹਨਾਂ ਨੇ ਆਪਣੇ ਮੂੰਹ ਨੂੰ ਬੁਲਟ ਪ੍ਰੂਫ ਗਾਰਡ ਦੇ ਨਾਲ ਢੱਕਿਆ ਹੋਇਆ ਸੀ ਇਸ ਤੋਂ ਇਲਾਵਾ ਇਮਰਾਨ ਖਾਨ ਦੇ ਸੁਰੱਖਿਆ ਗਾਰਡਾਂ ਨੇ ਵੀ ਬੁਲਟ ਪ੍ਰੂਫ ਸ਼ੀਲਡ ਕਵਰ ਤਿਆਰ ਕੀਤਾ ਹੋਇਆ ਸੀ ਇਸ ਤੋਂ ਪਹਿਲਾਂ ਇਮਰਾਨ ਖਾਨ ਤੇ ਜਾਨਲੇਵਾ ਹਮਲਾ ਵੀ ਹੋ ਚੁੱਕਿਆ ਹੈ ਅਤੇ ਪਿਛਲੀ ਵਾਰ ਜਦੋਂ ਇੱਕ ਕੇਸ ਦੇ ਵਿੱਚ ਪੇਸ਼ੀ ਭੁਗਤਣ ਦੇ ਲਈ ਇਮਰਾਨ ਖਾਨ ਗਏ ਸੀ ਤਾਂ ਉਹਨਾਂ ਨੇ ਇਹ ਖਦਸ਼ਾ ਵੀ ਦੱਸਿਆ ਸੀ ਕਿ ਉਹਨਾਂ ਦਾ ਕਤਲ ਕਰਨ ਦੀ ਕੋਸ਼ਿਸ਼ ਕੋਸ਼ਿਸ਼ ਕੀਤੀ ਜਾ ਰਹੀ ਹੈ ਲੈਂਦੇ ਪੰਜਾਬ ਦੇ ਵਜ਼ੀਰਾਬਾਦ ਦੇ ਵਿੱਚ ਨਵੰਬਰ 2022 ਦੇ ਵਿੱਚ ਜਦੋਂ ਆਪਣੀ ਵੱਡੀ ਰੈਲੀ ਦੇ ਵਿੱਚ Imran Khan ਪਾਸ਼ੰਦੇਰੇ ਸੰਤ ਸਾਹਮਣੇ ਭੀੜ ਦੇ ਵਿੱਚੋਂ ਇੱਕ ਹਮਲਾਵਰ ਨੇ Imran Khan ਤੇ ਗੋਲੀ ਚਲਾਈ ਸੀ ਤੇ ਗੋਲੀ Imran Khan ਦੀ ਲੱਤ ਵਿੱਚ ਵੱਜੀ ਸੀ ਤੇ ਉਹਨਾਂ ਦੀ ਜਾਨ ਬਚ ਗਈ ਸੀ ਜੌਨਸਨ ਐਂਡ ਜੌਨਸਨ ਕੰਪਨੀ ਉੱਤਰੀ ਅਮਰੀਕਾ ਦੇ ਵਿੱਚ ਉਹਨਾਂ ਹਜ਼ਾਰਾਂ ਮਾਮਲਿਆਂ ਦਾ ਨਿਪਟਾਰਾ ਕਰਨ ਦੇ ਲਈ 9 ਅਰਬ ਡਾਲਰ ਯਾਨੀ ਕਿ 739 ਅਰਬ ਰੁਪਏ ਦਾ ਭੁਗਤਾਨ ਕਰਨ ਨੂੰ ਤਿਆਰ ਹੋ ਗਈ ਹੈ ਜਿਨ੍ਹਾਂ ਦੇ ਵਿੱਚ ਕੰਪਨੀ ਦੇ ਬੇਬੀ ਪਾਊਡਰ ਦੇ ਨਾਲ ਕੈਂਸਰ ਹੋਣ ਦਾ ਇਲਜ਼ਾਮ ਲਾਇਆ ਗਿਆ ਹੈ ਅਮਰੀਕੀ ਫਾਰਮਾਸਿਊਟੀਕਲ ਕੰਪਨੀ ਨੇ ਕਿਹਾ ਹੈ ਕਿ ਹਾਲੇ ਵੀ ਉਹਨਾਂ ਦੇ ਇਹ આરોਪ ਨੇ ਜਿਹੜੇ ਉਹ ਦਿਖਾवटी ਲੱਗਦੇ ਨੇ ਪਰ ਕੰਪਨੀ ਨੂੰ ਉਮੀਦ ਹੈ ਕਿ ਇਹ ਰਾਸ਼ੀ ਉਹਨਾਂ ਦੀ ਕਾਨੂੰਨੀ ਜੰਗ ਖਤਮ ਕਰਨ ਦੇ ਵਿੱਚ ਮਦਦ ਕਰੇਗੀ ਇਸ ਤੋਂ ਪਹਿਲਾਂ ਕੰਪਨੀ ਨੇ ਸੈਟਲਮੈਂਟ ਦੇ ਲਈ 2 ਅਰਬ ਡਾਲਰ ਦਿੱਤੇ ਜਾਣ ਦੀ ਵੀ ਪੇਸ਼ਕਸ਼ ਕੀਤੀ ਸੀ 13 ਅਗਸਤ 2022 ਨੂੰ ਕੰਪਨੀ ਨੇ ਇਹ ਵੀ ਫੈਸਲਾ ਲਿਆ ਸੀ ਕਿ ਅਗਲੇ ਸਾਲ ਤੋਂ ਕੰਪਨੀ ਅਮਰੀਕਾ ਦੇ ਵਿੱਚ ਬੇਬੀ ਪਾਊਡਰ ਨਹੀਂ ਵੇਚੇਗੀ ਇਸ ਕੰਪਨੀ ਤੇ ਕਰੀਬ 40 ਹਜ਼ਾਰ ਮਾਮਲੇ ਦਰਜ ਨੇ ਤੇ ਕੇਸ ਉਹਨਾਂ ਸਾਪ ਦਾ ਗਾਕਾ ਨੇ ਕੀਤੇ ਨੇ ਜਿਨ੍ਹਾਂ ਦਾ ਇਲਜ਼ਾਮ ਹੈ ਕਿ ਜੌਨਸਨ ਐਂਡ ਜੌਨਸਨ ਦੇ ਟੈਲਕਮ ਪਾਊਡਰ ਦਾ ਇਸਤੇਮਾਲ ਕਰਨ ਦੇ ਨਾਲ ਉਹਨਾਂ ਨੂੰ ਜਾਂ ਉਹਨਾਂ ਦੇ ਬੱਚਿਆਂ ਨੂੰ ਕੈਂਸਰ ਦੀ ਬਿਮਾਰੀ ਲੱਗੀ ਸੁਪਰੀਮ ਕੋਰਟ ਨੇ ਮਲਿਆਲਮ ਨਿਊਜ਼ ਚੈਨਲ ਮੀਡੀਆਵਨ ਨੂੰ ਸੁਰੱਖਿਆ ਕਾਰਨ ਕਰਕੇ ਮਨਜ਼ੂਰੀ ਦੇਣ ਤੋਂ ਕੇਂਦਰ ਦੇ ਇਨਕਾਰ ਨੂੰ ਰੱਦ ਕਰ ਦਿੱਤਾ ਤੇ ਤੱਥਾਂ ਤੋਂ ਬਿਨਾ ਕੌਮੀ ਸੁਰੱਖਿਆ ਦਾ ਹੌਵਾ ਖੜਾ ਕਰਨ ਤੇ ਕੇਂਦਰੀ ਗ੍ਰਹਿ ਮੰਤਰਾਲੇ ਨਾਲ ਸਖਤ ਨਾਰਾਜ਼ਗੀ ਵੀ ਜ਼ਾਹਰ ਕੀਤੀ ਹੈ ਚੀਫ ਜਸਟਿਸ ਡੀワイ ਚੰਦਰਸ਼ੂਡੀਗਵਾਈ ਵਾਲੇ ਬੈਂਚ ਨੇ ਸੁਰੱਖਿਆ ਦੇ ਆਧਾਰ ਤੇ ਮੀਡੀਆਵਨ ਦੇ ਪ੍ਰਸਾਰਣ ਤੇ ਪਾਬੰਦੀ ਲਗਾਉਣ ਦੇ ਕੇਂਦਰ ਦੇ ਫੈਸਲੇ ਨੂੰ ਬਰਕਰਾਰ ਰੱਖਣ ਵਾਲੇ ਕੇਰਲਾ ਹਾਈ ਕੋਰਟ ਦੇ ਆਦੇਸ਼ ਨੂੰ ਰੱਦ ਕਰ ਦਿੱਤਾ ਹੈ ਰਾਮ ਨਾਵੀ ਮੌਕੇ ਬਿਹਾਰ ਤੇ ਬੰਗਾਲ ਦੇ ਵਿੱਚ ਹੋਈ ਹਿੰਸਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਗ੍ਰਹਿ ਮੰਤਰਾਲੇ ਨੇ ਹਨੂਮਾਨ ਜਨਮ ਦਿਤੀ ਮੌਕੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ ਗ੍ਰਹਿ ਮੰਤਰਾਲੇ ਨੇ ਜਨਮ ਦਿਤੀ ਦੀਆਂ ਤਿਆਰੀਆਂ ਨੂੰ ਲੈ ਕੇ ਸਾਰੇ ਸੂਬਿਆਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਹੈ ਜਿਸ ਤਹਿਤ ਸਾਰੀਆਂ ਸੂਬਾ ਸਰਕਾਰਾਂ ਨੂੰ ਅਮਨ ਕਾਨੂੰਨ ਯਕੀਨੀ ਬਣਾਉਣ ਤੇ ਹਰਾਂ ਨੂੰ ਸ਼ਾਂਤੀਪੂਰਵਕ ਮਨਾਉਣਾ ਤੇ ਸਮਾਜ ਦੇ ਵਿੱਚ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਵਾਲੇ ਕਿਸੇ ਵੀ ਕਾਰਕ ਦੀ ਨਿਗਰਾਨੀ ਕਰਨ ਦੇ ਲਈ ਕਿਹਾ ਗਿਆ ਹੈ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਅਤੇ ਰਾਸ਼ਟਰੀ ਜਨਤਾ ਪਾਰਟੀ ਦੀ ਲੀਡਰ ਰਾਬੜੀ ਦੇਵੀ ਨੇ ਬਿਹਾਰ ਦੇ ਵਿੱਚ ਰਾਮ ਨੌਮੀ ਮੌਕੇ ਹੋਈ ਹਿੰਸਾ ਨੂੰ ਲੈ ਕੇ ਬੀਜੇਪੀ ਤੇ ਨਿਸ਼ਾਨਾ 사ਦਿਆ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਰਾਬੜੀ ਦੇਵੀ ਨੇ ਕਿਹਾ ਕਿ ਬੀਜੇਪੀ ਦੇ ਲੋਕ ਦੰਗੇ ਕਰਵਾਉਂਦੇ ਨੇ ਉਹ ਚਾਹੁੰਦੇ ਨੇ ਕਿ ਦੰਗੇ ਹੁੰਦੇ ਰਹਿਣ ਬੀਜੇਪੀ ਸਿਰਫ ਦੰਗੇ ਕਰਵਾਉਂਦੀ ਹੈ ਹਮਲੇ ਕਰਦੀ ਹੈ ਆਰਐਸਐਸ ਤੇ ਬੀਜੇਪੀ ਵਾਲੇ ਦੇਸ਼ ਭਰ ਦੇ ਵਿੱਚ ਘੁੰਮਦੇ ਰਹਿੰਦੇ ਨੇ ਕਿ ਦੰਗੇ ਹੋਣ ਜੇ ਸਰਕਾਰ ਜਾਂਚ ਕਰਾਵੇ ਤਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏਗਾ ਪੱਛਮੀ ਬੰਗਾਲ ਦੇ ਵਿੱਚ ਕੁਰਮੀ ਭਾਈਚਾਰੇ ਦੀਆਂ ਕਈ ਜਥੇਬੰਦੀਆਂ ਦਾ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ ਇਹ ਜਥੇਬੰਦੀਆਂ ਕੁਰਮੀ ਭਾਈਚਾਰੇ ਨੂੰ ਅਨੁਸੂਚਿਤ ਜਨਜਾਤੀ ਦਾ ਦਰਜਾ ਦੇਣ ਦੀ ਮੰਗ ਕਰ ਰਹੀਆਂ ਨੇ ਬੋਧਵਾਨੂ ਮੈਦਨੀਪੁਰ ਜ਼ਿਲ੍ਹੇ ਦੇ ਵਿੱਚ ਨੈਸ਼ਨਲ ਹਾਈਵੇ 6 ਸਮੇਤ ਦੋ ਰੇਲਵੇ ਸਟੇਸ਼ਨਾਂ ਤੇ ਆਵਾਜਾਈ ਦੇ ਵਿੱਚ ਵਿਗਨ ਪਿਆ। ਅਡਾਨੀ ਮਾਮਲੇ ਦੀ ਜਾਂਚ ਲਈ ਸਾਂਝੀ ਸੰਸਦੀ ਕਮੇਟੀ ਬਣਾਉਣ ਦੀ ਮੰਗ ਦੇ ਲਈ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਅੱਜ ਸ਼ੁਰੂ ਹੋਣ ਤੋਂ ਕੁਝ देर ਬਾਅਦ ਹੀ ਰਾਜ ਸਭਾ ਦੀ ਬੈਠਕ ਦੁਪਹਿਰੇ 2 ਵਜੇ ਤੱਕ ਮੁਲਤਵੀ ਕੀਤੀ ਗਈ। ਵਿਰੋਧੀ ਧਿਰ ਦੇ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਵੀ ਇਸੇ ਤਰ੍ਹਾਂ ਹੀ ਮੁਲਤਵੀ ਕੀਤੀ ਜਾਂਦੀ ਰਹੀ। ਇਸ ਦਰਮਿਆਨ ਕਾਂਗਰਸ ਸਮੇਤ ਕਈ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਅੱਜ ਸੰਸਦ ਦੇ ਬਜਟ ਸੈਸ਼ਨ ਦੇ ਵਿੱਚ ਅੱਗੇ ਦੀ ਰਣਨੀਤੀ ਤੇ ਚਰਚਾ ਵੀ ਕੀਤੀ ਹੈ ਸੂਤਰ ਦੱਸਦੇ ਨੇ ਕਿ ਵਿਰੋਧੀ ਧਿਰ ਦੇ ਮੈਂਬਰਾਂ ਨੇ ਕਾਂਗਰਸ ਲੀਡਰ ਰਾਹੁਲ ਗਾਂਧੀ ਨੂੰ ਲੋਕ ਸਭਾ ਤੋਂ ਅਯੋਗ ਠਹਿਰਾਉਣ ਅਤੇ ਅਡਾਨੀ ਗਰੁੱਪ ਨਾਲ ਜੁੜੇ ਮਾਮਲੇ ਦੀ ਜਾਂਚ ਲਈ ਸਾਂਝੀ ਸੰਸਦੀ ਕਮੇਟੀ ਦੇ ਕਾਇਮ ਕਰਨ ਤੇ ਚਰਚਾ ਨੂੰ ਜਾਰੀ ਰੱਖਣ ਦਾ ਫੈਸਲਾ ਲਿਆ ਹੈ ਯਾਨੀ ਕਿ ਆਉਂਦੇ ਦਿਨਾਂ ਦੇ ਵਿੱਚ ਵੀ ਇਹਨਾਂ ਮਸਲਿਆਂ ਤੇ ਹੀ ਹੰਗਾਮਾ ਹੋਵੇਗਾ ਲੋਕਾਂ ਦੇ ਲਈ ਕੋਈ ਕੰਮ ਨਹੀਂ ਹੋਵੇਗਾ ਕੇਰਲਾ ਦੇ ਵਿੱਚ ਐਤਵਾਰ ਨੂੰ ਰੇਲ ਗੱਡੀ ਨੂੰ ਅੱਗ ਲਾਉਣ ਦੇ ਸ਼ੱਕ ਦੇ ਵਿੱਚ ਮਹਾਰਾਸ਼ਟਰ ਦੇ ਰਤਨਾਗਰੀ ਤੋਂ ਅਤਵਾਦ ਵਿਰੋਧੀ ਦਸਤੇ ਨੇ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਹੈ ਉਸ ਨੂੰ ਛੇਤੀ ਹੀ ਕੇਰਲ ਲਿਆਂਦੇ ਜਾਣ ਦੀ ਜਾਣਕਾਰੀ ਮਿਲੀ ਕੇਰਲਾ ਪੁਲਿਸ ਮੁਖੀ ਅਨਿਲ ਕਾਂਤ ਨੇ ਤ੍ਰਵੰਤਪੁਰਮ ਦੇ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਸ਼ਰੁਖ ਸੈਫੀ ਨੂੰ ਕੇਰਲਾ ਦੇ ਵਿੱਚ ਐਸਆਈਟੀ ਕੇਂਦਰੀ ਏਜੰਸੀਆਂ ਤੇ ਮਹਾਰਾਸ਼ਟਰ ਪੁਲਿਸ ਦੇ ਸਾਂਝੇ ਯਤਨਾਂ ਨਾਲ ਫੜਿਆ ਗਿਆ ਹੈ ਅੱਗ ਲਾਉਣ ਕਾਰਨ ਰੇਲ ਗੱਡੀ ਦੇ ਡੱਬੇ 'ਚ ਤਿੰਨ ਮੌਤਾਂ ਹੋ ਗਈਆਂ ਸਨ ਨੌ ਜਣੇ ਜ਼ਖਮੀ ਹੋ ਗਏ ਸਨ